ਫਰੀਦਕੋਟ ਵਿੱਚ ਅੱਜ ਪੰਜਾਬ ਭਰ ਦੇ ਟਰੱਕ ਆਪਰੇਟਰਾਂ ਨੇ ਸਾਂਝੀ ਇਕੱਤਰਤਾ ਕੀਤੀ। ਇਸ ਮੌਕੇ ਸਮੂਹ ਟਰੱਕ ਆਪਰੇਟਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਜਿੱਥੇ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਟਰੱਕ ਆਪਰੇਟਰ ਯੂਨੀਅਨਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਗੱਲਬਾਤ ਕਰਦਿਆਂ ਟਰੱਕ ਆਪਰੇਟਰਾਂ ਨੇ ਕਿਹਾ ਕਿ ਸਰਕਾਰ ਅਤੇ ਆੜ੍ਹਤੀਆਂ ਵੱਲੋਂ ਟਰੱਕ ਆਪਰੇਟਰਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਕੱਠ ਦੀ ਸ਼ੁਰੂਆਤ ਹੈ ਜੀ, ਜਿਹੜੀ ਇਹ ਘੱਟੋ ਘੱਟ 9ਵੀਂ 10ਵੀਂ ਮੀਟਿੰਗ ਹੈ। ਸ਼ੁਰੂਆਤ ਹੋਈ ਸੀ ਜੀ ਮਾਲਵੇ ਬੈਲਟ ਤੋਂ, ਮੌੜ ਤੋਂ ਲੈ ਕੇ ਪਟਿਆਲੇ ਤੱਕ ਜੀ। ਅਸੀਂ 10 ਦਿਨ ਧਰਨਾ ਲਾਇਆ ਸੀਗਾ, ਪੂਰਾ ਇੱਕ ਮਾਲਵਾ ਬੈਲਟ ਰੋਕੀ ਸੀ, ਜਿਹਦੇ ਵਿੱਚ ਮੌੜ, ਬਠਿੰਡਾ ਅਤੇ ਮਾਨਸਾ, ਭੀਖੀ, ਪਾਤੜਾਂ, ਬੁਲਾਡਾ, ਬਰੇਟਾ ਅਤੇ ਪਟਿਆਲੇ ਤੱਕ ਦਾ ਸੀ ਜੀ। ਸਾਡੀ ਜਿਹੜੀ ਫਸਟ ਮੀਟਿੰਗ ਹੋਈ ਸੀਗੀ ਉਹ ਸ਼ੁਰੂਆਤ ਹੋਈ ਸੀ ਬੁਲਾਡੇ ਤੋਂ, ਸੈਕਿੰਡ ਮੀਟਿੰਗ ਗੁਰਦੁਆਰਾ ਸਾਹਿਬ ਠੂਠਿਆਂ ਵਾਲੀ ਮਾਨਸਾ ਜ਼ਿਲ੍ਹੇ ਦੀ ਸੀ, ਤੀਜੀ ਪਾਤੜਾਂ ਅਤੇ ਚੌਥੀ ਪਟਿਆਲੇ। ਉਦੋਂ ਬਾਅਦ 2 ਮੀਟਿੰਗਾਂ ਤੋਂ ਬਾਅਦ ਇਹ ਮੀਟਿੰਗ ਹੈ ਜੀ, ਜਿਹਦੇ ਵਿੱਚ ਸਾਰਿਆਂ ਨਾਲੋਂ ਇੱਕ ਤਾਂ ਸਾਡੀ ਭਾੜਾ ਰੇਟ ਲਿਸਟ ਜਾਰੀ ਕੀਤੀ ਗਈ ਹੈ ਜੀ, ਅਤੇ ਦੂਸਰੀ ਸਾਡੀ ਸਾਰਿਆਂ ਨਾਲੋਂ ਵੱਡੀ ਮੰਗ ਹੈ ਜੀ ਵੀ ਪੰਜਾਬ ਦੇ ਵਿੱਚ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਉਹਨੂੰ ਬੇਨਤੀ ਹੈ ਵੀ ਜਿਹੜੀਆਂ ਸਾਡੀਆਂ ਟਰੱਕ ਯੂਨੀਅਨ ਹੈ ਉਹ ਬਹਾਲ ਕੀਤੀਆਂ ਜਾਣ ਜੀ, ਅਤੇ ਉਹਦੇ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ, ਕਿਉਂਕਿ ਜਿਹੜਾ ਹੁਣ ਸਰਕਾਰ ਦੀਆਂ ਪਾਲਿਸੀਆਂ ਮੁਤਾਬਕ 120% ਦੇ ਟੈਂਡਰ ਹੁੰਦਾ ਜੀ, ਅਤੇ ਉਹ ਠੇਕੇਦਾਰ 120 ਦੇ ਪਾ ਕੇ ਅਤੇ ਓਪਰੇਟਰਾਂ ਤੱਕ ਉਹ 25% ਹੀ ਪੈਸੇ ਦਿੰਦੇ ਹੈਗੇ, ਮੰਨ ਲਓ 40 ਜਾਂ 50% ਹੀ ਪੈਸੇ ਦਿੰਦੇ ਆ। ਉਹ ਕੈਪਟਨ ਸਰਕਾਰ ਨੂੰ ਮੰਗ ਹੈ ਜੀ ਵੀ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣ, ਅਤੇ ਜਿਹੜੇ ਭਾੜੇ ਆ ਸਾਡੇ ਉਹ ਕਿਲੋਮੀਟਰਾਂ ਦੇ ਹਿਸਾਬ ਨਾਲ ਤੈਅ ਕੀਤੇ ਜਾਣ। ਅੱਜ ਸਾਡੀਆਂ ਜਿਹੜੀਆਂ ਟਰੱਕ ਆਪਰੇਟਰ ਵੀਰਾਂ ਵਾਸਤੇ, ਟਰੱਕਾਂ ਵਾਸਤੇ ਜਿਹੜੀਆਂ ਮੰਗਾਂ ਲੈ ਕੇ ਚੱਲੇ ਹਾਂ ਜੀ ਅਸੀਂ, ਇੱਕ ਤਾਂ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਜੀ, ਡੀਜ਼ਲ ਨੂੰ ਲੈ ਕੇ ਜਿਹੜੇ ਸਾਡੇ ਰੇਟ ਆ ਉਹ ਬਿਲਕੁਲ ਥੱਲੇ ਆ ਗਏ, ਗੱਡੀਆਂ ਨੂੰ ਬਚਦਾ ਕੁਛ ਨਹੀਂ। ਇੱਕ ਤਾਂ ਸਾਡੀ ਮੇਨ ਮੰਗ ਰੇਟ ਦੀ ਹੈ ਜੀ, ਉਸ ਤੋਂ ਬਾਅਦ ਜਿਹੜਾ ਵਪਾਰੀ ਵਰਗ ਵੱਲੋਂ ਸਾਨੂੰ ਲੁੱਟਿਆ ਜਾ ਰਿਹਾ ਹੈ ਨਾ, ਡਾਲੇ ਵਗੈਰਾ, ਜਿਵੇਂ ਡਾਲੇ ਦਾ ਸਾਡਾ ਕੋਈ ਹੱਕ ਨਹੀਂ, ਜਿਹਦਾ ਮਾਲ ਉਸੇ ਦਾ ਹੰਭਾਲ ਹੋਣਾ ਚਾਹੀਦਾ, ਉਹੀ ਆਪਦਾ ਲਦਾਵੇ ਅਤੇ ਉਹੀ ਖਾਲੀ ਕਰਵਾਵੇ। ਦੂਜਾ, ਕੰਡੇ ਦੇ ਪੈਸੇ ਸਾਥੋਂ ਲਏ ਜਾਂਦੇ ਆ, ਕੰਡੇ ਦੇ ਪੈਸੇ ਵੀ ਦੇਣ ਦਾ ਸਾਡਾ ਕੋਈ ਹੱਕ ਨਹੀਂ ਬਣਦਾ, ਕਿਉਂਕਿ ਮਾਲ ਉਹਨੇ ਆਪਦਾ ਤੋਲ ਕੇ ਵੇਚਣਾ, ਨਾ ਕਿ ਗੱਡੀ ਵਾਲੇ ਨੇ ਵੇਚਣਾ ਕੰਡਾ। ਤੀਸਰੀ ਮੰਗ ਸਾਡੀ ਇਹ ਹੈ ਵੀ ਗੱਡੀ ਸਾਡੀ ਕੋਈ ਵੀ ਇੱਥੋਂ ਭਰ ਕੇ ਜਾਂਦੀ ਹੈ ਉਹ ਸੀਲਬੰਦ ਹੋ ਕੇ ਜਾਵੇ, ਔਰ ਅੱਗੇ ਜਾ ਕੇ ਉਹਦੀਆਂ ਸੀਲਾਂ ਚੈੱਕ ਹੋਣ ਤੋਂ ਬਾਅਦ ਗੱਡੀ ਖਾਲੀ ਕੀਤੀ ਜਾਵੇ। ਜੇ ਸੀਲ ਟੁੱਟੀ ਹੈ ਤਾਂ ਉਹ ਆਪਦਾ ਮਾਲ ਜਿਹੜਾ ਘਟਿਆ ਵਧਿਆ ਸਾਥੋਂ ਲੈ ਸਕਦਾ, ਜੇਕਰ ਸੀਲਾਂ ਓਕੇ ਆ ਤਾਂ ਉਹ ਘਟੇ ਵਧੇ ਮਾਲ ਦੇ ਸਾਥੋਂ ਪੈਸੇ ਨਾ ਕੱਟੇ, ਠੀਕ ਹੈ ਜੀ। ਬਾਕੀ ਬਾਰਦਾਨਾ ਜਿਹੜਾ 5-5, 6-6 ਕੁਇੰਟਲ ਵਪਾਰੀ ਸਾਥੋਂ ਲੁੱਟ ਰਿਹਾ ਪੈਸੇ, ਉਹ ਨਹੀਂ ਦਿੰਦਾ ਸਾਨੂੰ ਵੀ ਬਾਰਦਾਨਾ ਜੀ, ਬਾਰਦਾਨਾ ਵੀ ਗੱਡੀ ਦੇ ਵਿੱਚ ਜਾਂਦਾ, ਠੀਕ ਹੈ ਜੀ। ਕਈ ਮਤਲਬ ਹੋਰ ਵੀ ਜਿਵੇਂ ਉੱਥੇ ਜਾ ਕੇ ਰਿਜੈਕਟ ਹੋ ਜਾਂਦੀਆਂ ਗੱਡੀਆਂ, ਰਿਜੈਕਟ ਤੋਂ ਬਾਅਦ ਸਾਡੇ ਨਾਲ ਧੱਕਾ ਕੀਤਾ ਜਾਂਦਾ, ਸਾਨੂੰ ਭੇਜਿਆ ਜਾਂਦਾ ਅੱਗੇ, ਸਾਨੂੰ ਭਾੜਾ ਨਹੀਂ ਮਿਲਦਾ ਉਹਦਾ ਵੀ, ਉਹਦੇ ਕਰਕੇ ਵੀ ਸਾਡੀਆਂ ਵਪਾਰੀ ਨਾਲ ਮੰਗਾਂ। ਜਿਹੜੀਆਂ ਸਾਡੀਆਂ ਸਰਕਾਰ ਨਾਲ ਮੰਗਾਂ, ਸਰਕਾਰ ਨਾਲ ਸਾਡੀਆਂ ਇਹ ਮੰਗਾਂ ਜੀ, ਜਿਹੜਾ ਟੈਕਸ ਕਰੋਨਾ ਦੇ ਵਿੱਚ ਸਰਕਾਰ ਨੇ ਅੱਗੇ ਕੀਤਾ ਸੀ, ਉਹ ਟੈਕਸ ਸਰਕਾਰ ਜਾਂ ਤਾਂ ਸਾਨੂੰ ਮਾਫ਼ ਕਰਨਾ ਚਾਹੀਦਾ, ਪਹਿਲੀ ਗੱਲ ਤਾਂ, ਜੋ ਕਿ ਜਿਹੜੀਆਂ ਬੱਸਾਂ ਸੀਗੀਆਂ ਸੀ ਸਕੂਲਾਂ ਦੀਆਂ, ਉਹਨਾਂ ਨੂੰ ਸਾਰੀਆਂ ਨੂੰ ਟੈਕਸ ਮਾਫ਼ ਕਰਤਾ, ਅਤੇ ਜਿਹੜੇ ਟਰੱਕ ਮਹਿਕਮੇ ਨੇ ਕਰੋਨਾ ਦੇ ਵਿੱਚ ਸਾਰੀ ਪਬਲਿਕ ਦਾ ਸਾਥ ਦਿੱਤਾ ਔਰ ਮਹਿੰਗਾਈ ਨੂੰ ਸਥਿਰ ਰੱਖਣ ਦੇ ਵਿੱਚ ਪੂਰਾ ਯੋਗਦਾਨ ਪਾਇਆ, ਉਹਨੂੰ ਟੈਕਸ ਲੈ ਵੀ ਰਹੀ ਆ ਔਰ ਮੰਗ ਵੀ ਇਕੱਠਾ ਕਰ ਰਹੀ ਆ ਵੀ ਇਕੱਠਾ ਟੈਕਸ ਸਾਨੂੰ ਦਿਓ, ਫਿਰ ਅੱਗੇ ਕਾਗਜ਼ ਚੱਕਣ ਦੇਵਾਂਗੇ ਤੁਹਾਨੂੰ। ਇਹ ਕਿੱਡਾ ਵੱਡਾ ਇਸ ਮਹਿਕਮੇ ਨਾਲ ਧੱਕਾ ਕੀਤਾ ਜਾਂਦਾ ਵੀ ਟੈਕਸ ਇਕੱਠਾ ਸਾਨੂੰ ਸਾਲ ਦਾ ਭਰੋ ਅਤੇ ਅਗਲਾ ਫਿਰ ਭਰ ਕੇ ਤੁਹਾਨੂੰ ਕਾਗਜ਼ ਚੱਕੇ ਜਾਣ, ਨਹੀਂ ਆਪਦੀਆਂ ਗੱਡੀਆਂ ਬੇਸ਼ੱਕ ਦੀ ਖੜੀਆਂ ਕਰੋ, ਬੇਸ਼ੱਕ ਦੀ ਜੋ ਮਰਜ਼ੀ ਕਰੋ, ਇਹ ਧੱਕਾ ਸਰਕਾਰ ਸਾਡੇ ਨਾਲ ਕਰ ਰਹੀ ਹੈ। ਦੂਜੀ ਗੱਲ, RBI ਨੇ ਸਾਡੀਆਂ ਜਿਹੜੀਆਂ ਕਿਸ਼ਤਾਂ ਸੀ ਉਹ ਅੱਗੇ ਪਾਈਆਂ ਸੀ, RBI ਨੇ ਸਾਡੇ ਕਹਿਣ 'ਤੇ ਕਿਸ਼ਤਾਂ ਨਹੀਂ ਅੱਗੇ ਪਾਈਆਂ ਸੀ, RBI ਨੇ ਇੱਕ ਲਾਲਚ ਦਿੱਤਾ ਸੀ ਸਾਡੇ ਮਹਿਕਮੇ ਨੂੰ ਵੀ ਇਹ ਕੰਮ ਕਰਦੇ ਰਹਿਣ, ਇਹਨਾਂ ਕਿਸ਼ਤਾਂ ਅੱਗੇ ਪਾ ਦਿਓ, ਅਨਪੜ੍ਹ ਜਮਾਤ ਹੈ ਇਹ ਅਤੇ ਇਹ ਮਤਲਬ ਇਸ ਚੀਜ਼ ਦੇ ਵਿੱਚ ਉਲਝ ਜੂਗੀ। ਪਰ ਜਦੋਂ ਕਿਸ਼ਤਾਂ ਅੱਗੇ ਕਰਨ ਤੋਂ ਬਾਅਦ ਜਦੋਂ ਸਾਨੂੰ ਇਹ ਫਾਈਨਾਂਸਰ ਕੰਪਨੀਆਂ ਨੇ ਇਹ ਦੱਸਿਆ ਵੀ ਤੁਹਾਨੂੰ 2 ਤੋਂ 2.5-2.5 ਲੱਖ ਰੁਪਇਆ ਵਿਆਜ ਪੈ ਗਿਆ ਹੈ ਨਾ, ਉਹ ਵਿਆਜ ਹੁਣ ਅਸੀਂ ਕਿਉਂ ਦੇਈਏ ਜਦੋਂ ਅਸੀਂ 4-4, 5-5 ਸਾਲਾਂ ਦਾ ਆਲਰੇਡੀ ਪਹਿਲਾਂ ਹੀ ਵਿਆਜ ਦੇ ਚੁੱਕੇ ਹਾਂ ਉਸ ਪੈਸੇ ਦਾ। ਉਸ ਤੋਂ ਬਾਅਦ ਉਹ ਪਿੱਛੇ ਗਈਆਂ ਚਲੀਆਂ ਤਾਂ ਉਹਦਾ ਵਿਆਜ ਸੱਤੋ ਜੀ 6 ਮਹੀਨੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਅੰਦਾਰੇ ਹੈਗੇ ਆ ਸਭ ਨੂੰ ਘਾਟਾ ਪਿਆ, ਅਤੇ ਕੀ ਸਰਕਾਰ ਨੇ ਇਹ ਇੰਨਾ ਨਹੀਂ ਸੋਚਿਆ ਵੀ ਟਰੱਕ ਮਹਿਕਮੇ ਨੇ ਕਿੰਨਾ ਸਾਥ ਦਿੱਤਾ ਕਰੋਨਾ ਕਾਲ ਦੇ ਵਿੱਚ, ਅਤੇ ਇਹਨਾਂ ਨੂੰ ਉਹ ਜਿਹੜਾ 6 ਮਹੀਨੇ ਦਾ ਵਿਆਜ ਆ ਨਾ ਲਿਆ ਜਾਵੇ। ਕਿਸ਼ਤਾਂ ਦੇਣ ਨੂੰ ਅਸੀਂ ਤਿਆਰ ਹਾਂ, ਅਸੀਂ ਮਾਫ਼ੀ ਨਹੀਂ ਚਾਹੁੰਦੇ, ਪਰ ਵਿਆਜ ਦੀ ਮਾਫ਼ੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਸਾਨੂੰ ਵਿਆਜ ਦੀ ਮਾਫ਼ੀ ਦਿੱਤੀ ਜਾਵੇ। ਤੀਜੀ, ਸੈਂਟਰ ਗੌਰਮੈਂਟ ਨੇ ਕੁਛ ਦਿਨਾਂ ਵਾਸਤੇ ਟੂਲ ਬੰਦ ਕੀਤੇ ਸੀ ਕਰੋਨਾ ਕਾਲ ਦੇ ਵਿੱਚ, ਟੂਲ ਬੰਦ ਕਰਨ ਤੋਂ ਬਾਅਦ ਸਰਕਾਰ ਨੇ 20 ਕੁ ਦਿਨਾਂ ਬਾਅਦ, ਮਹੀਨੇ ਬਾਅਦ ਟੂਲ ਚਲਾਏ ਤਾਂ 10% ਵਧਾ ਕੇ ਚਲਾਏ। ਸਰਕਾਰ ਨੇ ਆਪਦਾ ਜਿਹੜਾ ਜਿੰਨਾ ਵੀ ਘਾਟਾ ਵਾਧਾ ਸੀ ਸਾਰਾ ਪੂਰਾ ਕਰ ਰਿਹਾ, ਪਰ ਗੱਡੀਆਂ ਵਾਲਿਆਂ ਵਾਸਤੇ ਨਹੀਂ ਸੋਚਿਆ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ।
फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।